ਸਤਿਕਾਰ ਵੀਰ ਜੀ ਸਾਰੇ ਵੀਰਾਂ ਨੂੰ ਸੰਦੀਪ ਡੇਈ ਮੈਂ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ। ਤਾਂ ਵੀਰ ਜੀ ਅੱਜ ਆਪਾਂ ਪਿੰਡ ਟਿਮੋਵਾਲ ਪਹੁੰਚ ਚੁੱਕੇ ਹਾਂ ਫੌਜੀ ਸਾਹਿਬ ਕੋਲ। ਚਲੋ ਵੀਡੀਓ ਬਾਈ ਨਾਲ ਲੇਟ ਹੋ ਜਾਂਦੀ ਹੈ ਪਰ ਮਾਲ ਵੇਖੋ ਬਾਈ ਨਾਲ ਲੈ ਕੇ ਚਾਰ ਪੰਜ ਝੁੱਟੀਆਂ ਲਗਭਗ ਲੈ ਕੇ ਗਈਆਂ, ਅੱਜ ਤਾਂ ਬੋਰੀਆਂ ਨੀਲੀਆਂ ਵਿੱਚ ਨਾਲ ਹੈਗੀਆਂ। ਠੀਕ ਹੈ ਜੀ, ਅਤੇ ਆਓ ਫਿਰ ਗੱਲਬਾਤ ਕਰੀਏ ਬਾਈ ਜੀ, ਹੁਣ ਸ਼ੁਰੂ ਕਰੀਏ। ਬਾਈ ਜੀ ਸਤਿ ਸ਼੍ਰੀ ਅਕਾਲ, ਫੌਜੀ ਸਾਹਿਬ ਬਹੁਤ ਕਿਰਪਾ, ਬਹੁਤ ਕਿਰਪਾ ਜੀ ਪਰਮੇਸ਼ਰ ਦੀ ਜੀ, ਮਹਾਰਾਜ ਜੀ ਬਹੁਤ ਜ਼ਿਆਦਾ ਕਿਰਪਾ ਪਰਮੇਸ਼ਰ ਦੀ। ਹੋਰ ਕਿਵੇਂ ਚੱਲ ਰਿਹਾ ਜੀ ਕੰਮ? ਬਹੁਤ ਵਧੀਆ ਚੱਲ ਰਿਹਾ ਜੀ, ਮਹਾਰਾਜ ਦੀ ਬੜੀ ਕਿਰਪਾ ਰਿਹਾ ਵਾ, ਪਰਮੇਸ਼ਰ ਦੀ ਰੋਟੀ ਰੱਬ ਦੇਈ ਜਾਂਦਾ ਆਪਾਂ ਖਾਈ ਜਾਂਦੇ ਵਾਲੀਆਂ ਭਰੀਆਂ ਵਾ ਆਪਣੇ ਗਾਉਣ ਵਾਲੀਆਂ, ਇਹ ਤਾਂ ਪ੍ਰਾਹੁਣੀਆਂ ਪ੍ਰਾਹੁਣੀਆਂ, ਇਹਨਾਂ ਦੀ ਆਪਾਂ ਸੇਵਾ ਕਰਾਂਗੇ, ਇਹ ਆਪਣਾ ਹੱਕ ਨਹੀਂ ਲੱਗਦੀ, ਹੱਕ ਦੀ ਰੋਟੀ ਆਪਾਂ ਖਾਣੀ ਹੈ ਸੇਵਾ ਕਰਕੇ। ਸਾਨੂੰ ਵੇਖੋ ਉਹਨਾਂ ਨੇ ਕਿੱਥੇ ਕਿੱਥੇ ਚੜਾਦਾ, ਕਿੱਥੇ ਚੜਾਦਾ, ਕਿਨੇ ਕਿਨੇ ਵੇਖੋ ਪੈਲੀਆਂ ਲੈ ਦਿੱਤੀਆਂ, ਕੋਠੀਆਂ ਪਾ ਦਿੱਤੀਆਂ, ਹੋਰ ਇਹਨਾਂ ਨੇ ਕਿੰਨੇ ਕਰਦੇ ਹੁਣ ਤੇ ਵਿਚਾਰੇ ਦੁੱਧ ਪੁੱਤ ਪੋਤਰੇ ਵੇਖੋ ਰੱਬ ਨੇ ਆਪਾਂ ਨੂੰ ਦੇ ਦਿੱਤੇ, ਬਿਲਕੁਲ ਜੀ, ਕਿੱਦਾਂ ਰੱਬ ਨੇ ਕਿੰਨਾ ਕੁ ਰੱਬ ਨੇ ਦੇ ਦਿੱਤਾ, ਹੋਰ ਆਪਾਂ ਨੇ ਕੀ ਰਹਿਣਾ ਪਰਮੇਸ਼ਰ ਕੋਲ, ਹੋਰ ਪਰਮੇਸ਼ਰ ਪਿਆਰ ਇੰਨਾ ਕੋਈ ਜਿਹੜਾ ਰੱਬ ਦਿੰਦਾ ਨਾ ਹਰ ਇੱਕ ਨੂੰ, ਉਹਦਾ ਸ਼ੁਕਰਾਨਾ ਆਪਾਂ ਕਰਨਾ, ਮਹਾਰਾਜ ਭਲਾ ਕਰੇ ਹਰ ਇੱਕ ਦਾ ਜੀ। ਹਾਂਜੀ ਹਾਂਜੀ, ਬਹੁਤ ਕਿਰਪਾ, ਹਾਂਜੀ ਬਹੁਤ ਵਧੀਆ ਜੀ। ਸੰਦੀਪ ਡੇਅਰੀ ਫਾਰਮ ਵੇਖਣ ਵਾਲੇ ਭੈਣ ਭਰਾਵਾਂ ਦੇ ਵੀਰਾਂ ਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਪਿਆਰ ਕਰਦੇ ਭੈਣ ਭਰਾ ਆਪਣੇ ਨਾਲ, ਬੜੇ ਬੜੇ ਦੂਰੋਂ ਵਿਚਾਰੇ ਜਿਹੜੇ ਫੌਜੀ ਆ ਜੇ ਨੌਕਰੀ ਕਰਨ ਡੇ ਆ, ਪੁਲਿਸ ਨੌਕਰੀ ਕਰਨ ਡੇ ਆ, ਉਹ ਹੀ ਆਪਾਂ ਨੂੰ ਫੋਨ ਲਾ ਕੇ ਆਉਂਦੇ ਸਾਡੇ ਘਰ ਬਹਿ ਛੱਡਾਂ, ਬਿਲਕੁਲ ਬਿਲਕੁਲ, ਜੇ ਆਪਾਂ ਜਦੋਂ ਹੱਕ ਦੀ ਰੋਟੀ ਖਾਵਾਂਗੇ ਚੰਗੀ ਬਹਿਣ ਜਾਂਗੇ, ਅਗਲਾ ਤਾਂ ਨਹੀਂ ਕਹਿੰਦਾ, ਅਗਲਿਆਂ ਦੇ ਜੋ ਪੈਸੇ ਅਸੀਂ ਖਾਤੇ 'ਚ ਪਾ ਦਿੰਦੇ ਮੈਂ ਛੱਡਾਂ, ਵਿਸ਼ਵਾਸ ਹੀ ਹੈ, ਬਿਲਕੁਲ ਜੀ ਭਾਈ, ਜੇ ਆਪਾਂ ਵਿਸ਼ਵਾਸ ਬਣਾਵਾਂਗੇ ਫਿਰ ਬਣ, ਆਪਾਂ ਜਾਨਵਰ ਚੰਗਾ ਅਗਲੇ ਨੂੰ ਦੇਵਾਂਗੇ, ਅਗਲਾ ਆਪਣੀ ਹੋਰ ਤਰ੍ਹਾਂ ਫੌਜੀਆਂ ਨੂੰ ਦੱਸੂਗਾ, ਪੁਲਿਸ ਵਾਲੇ ਨੂੰ ਦੱਸੂਗਾ, ਉੱਥੇ ਜਾਓ ਜਾਓ ਲੈ ਆਪਣੇ ਮੈਂ ਕਿਵੇਂ ਬੰਦਾ, ਜੇ ਆਪਾਂ ਚਕਲ ਮਾਰਾਂਗੇ ਮੈਂ ਹੀ ਗੰਦੀ ਦੇ ਦਾਂਗੇ ਤਾਂ ਉਹਨੇ 20 ਨੂੰ ਦੱਸਣਾ, ਉੱਥੇ ਨਾ ਜਾ, ਇਹ ਹੱਕ ਦੀ ਰੋਟੀ ਆਪਾਂ ਖਾਣੀ, ਹੱਕ ਦੀ ਫੌਜ ਖਾਧੀ, ਹੱਕ ਦੀ ਇੱਥੇ ਪਰਮੇਸ਼ਰ ਰੋਟੀ ਦੇਈ ਜਾਂਦਾ ਆਪਾਂ ਨੂੰ ਸੋਹਣੀ, ਬਿਲਕੁਲ ਹਾਂਜੀ, ਮਹਾਰਾਜ ਨੇ ਇੰਨਾ ਕੁਛ ਦਿੱਤਾ, ਉਹਨੇ ਕੁਛ ਲਗਾਇਆ ਨਹੀਂ ਆਪਣੇ ਕੋਲ, ਆਪਾਂ ਕੋਈ ਚਕਲ ਮਾਰਨੀ, ਇੰਨਾ ਕੁਛ ਮਹਾਰਾਜ ਹਰ ਇੱਕ ਨੂੰ ਦੇਵੇ, ਪਰਮੇਸ਼ਰ ਹਰ ਇੱਕ ਨੂੰ ਦੇਵੇ, ਆਪਾਂ ਨੂੰ ਦੇਵੇ ਹਰ ਇੱਕ ਨੂੰ ਦੇਵੇ, ਹਰ ਘਰਦਾਰਾਂ ਦੀ ਕਮਾਈ ਕਰੇ, ਹਰ ਇੱਕ ਨੂੰ ਰੱਬ ਦਿੰਦਾ, ਪਰਮੇਸ਼ਰ ਬੜਾ ਤਿਆਰ ਹੈ, ਉੱਥੇ ਵੇਖਣ ਡਿਆ ਬੰਦੇ ਨਾਲ ਬੰਦਾ ਚਕਲ ਮਾਰਦਾ ਬੜਾ ਕੁਛ, ਉਹ ਉੱਤੇ ਵੇਹਦਾ, ਉਹ ਆਪਣੇ ਪਿਓ ਉੱਤੇ ਬੈਠਾ ਰਾਤ ਦੇਣੀ ਆਪਾਂ ਲੇਖਾ ਅੱਗੇ ਜਾ ਕੇ ਦੇਣਾ ਪੈਣਾ, ਉਹ ਰਾਤ ਦੇਣਾ ਆਪਣੀਆਂ ਮਤਲਬ ਸਾਰੀਆਂ ਗਲਤੀਆਂ ਲੋੜੇ ਕਰਦਾ, ਬਿਲਕੁਲ ਵਿਆਹ ਇਤਨਾ ਹੁੰਦਾ ਇਤਨਾ, ਚਲੋ ਮਹਾਰਾਜ ਹਰ ਇੱਕ ਨੂੰ ਦੇਵੇ, ਹਾਂਜੀ ਕਾਲੀ ਆਈ 2 ਕਿਲੋ ਦੁੱਧ ਥੋੜਾ ਘਟਿਆ ਵਾ, ਕੱਲ ਜਾਊਗੀ ਉਹ ਵੀ ਪੂਰਾ, ਠੀਕ ਹੈ, ਕਾਲੀ ਆਈ ਹਰਿਆਣੇ ਦੇ ਸਰਸੋਂ ਮੰਗਾਈ ਆਈ, ਬਹੁਤ ਚੰਗੀ ਮੈਂ ਕੱਟਾ ਮਗਰੇ ਹਫਤੇ ਦਾ ਸੁਣਾ, ਹਾਂਜੀ ਲਓ ਜੀ ਵੇਖੋ ਮੇਰਾ ਸੋਹਣੀ ਝੋਟੀ ਤਾਂ ਵੱਡੀ ਝੋਟੀ ਆ, ਸੇਮ ਕੁਆਲਿਟੀ ਵੇਖੋ, ਬਾਕੀ ਥਾਰ ਦੋਨੋਂ ਮੇਰਾ ਵੀਰ ਵੇਖੋ ਚੰਗੀ ਤਰ੍ਹਾਂ, ਹੁਣ ਲੱਗਾ ਹੋਵੇ 24 ਲੱਖ ਅੱਛਾ ਪਿੰਡ ਥੱਲੇ ਬਾਲਟੀ ਰੱਖੋ ਮੂੰਹ ਨੂੰ ਧਾਰਾਂ ਵੱਜਣਗੀਆਂ, ਫੇਰ ਪੈਸੇ ਲਵਾਂਗੇ, ਆਪਣਾ ਵੀ ਕੰਡਾ ਨਾਲ ਲੈ ਆਵੇ, ਹੁਣ 14 ਲੀਟਰ ਦੁੱਧ ਆ, ਦੁੱਧ ਪਰਸੋਂ ਚੌਥ ਨੂੰ ਮਤਲਬ 20 ਕਿਲੋ ਵੀ ਦੇ ਸਕਦੀ ਸੇਵਾ ਕਰ, ਦੁੱਧ ਬਾਕੀ ਸੇਵਾ ਦਾ, ਹੁਣ ਜਿਹੜਾ 14 ਕੰਡੇ ਵਾਲਾ ਜੀ ਕੱਲ ਆਈ ਹੈ, ਫਿਰ ਵੀ 14 ਕੰਡੇ ਵਾਲਾ ਹੁਣ ਦੁੱਧ ਦੇ,
ਕਿਉਂਕਿ ਆਪਾਂ ਚੰਗਾ ਰਹਿਣਾ, ਚੰਗਾ ਰਹਿਣਾ, ਚੰਗਾ ਰਹਿਣਾ, ਚੰਗਾ ਰਹਿਣਾ, ਮਾੜਾ ਦਾ ਲੈਣਾ ਨਹੀਂ, ਮਾੜੇ ਡੰਗਰ ਦਾ ਕੋਈ ਫਾਇਦਾ ਨਹੀਂ। ਹਾਂਜੀ, ਚੰਗੇ ਦਾ ਫਾਇਦਾ ਰੋਟੀ ਤੇ ਦੂਜੇ ਨੂੰ ਵੀ ਦੇ, ਵੇਚਣ ਵਾਲਾ ਕੋਈ ਵੀਰ ਭਰਾ ਖੜਦਾ ਉਹਨੂੰ ਵੀ ਰੋਟੀ ਦਿੱਤਾ। ਝੋਟੀ ਤਾਂ ਆਪਾਂ ਡੇਢ ਨੂੰ ਵੇਚਦੇ ਰਹੇ, ਇੱਕ ਬੰਦਾ ਨੂੰ ਵੇਚਦੇ ਰਹੇ, ਠੀਕਾ ਜੀ, 1.25 ਲੱਖ ਦੀ ਝੋਟੀ ਦਿੱਤਾ। ਕਰ ਦੋ ਮਾਨ ਦੇ ਮੌਕੇ ਤੇ, ਉੱਚੇ ਮੌਕੇ ਨੂੰ 5000 ਹੋਰ ਛੋੜ, ਇੱਕ ਵੀ ਦੀ ਝੋਟੀ ਦੇ ਦਾਂਗੇ, 14 ਲੀਟਰ ਦੁੱਧ ਹਰਿਆਣੇ ਦੀ ਝੋਟੀ, ਕੱਲ੍ਹ ਹੀ ਅਜੇ ਆਈ ਹੈ, ਇੱਕ ਵੀ ਦੀ ਦੇ ਦਾਂ, ਬਾਕੀ ਕੋਈ ਕਰ ਦੇਣ ਮੌਕੇ ਲਾ ਲੈ, ਕੋਈ ਨਹੀਂ ਛੋੜ ਕਰਦਾ, ਕੋਈ ਨਹੀਂ ਮਾਨ ਦੇ ਨਹੀਂ ਕਰਦਾ, ਜਦੋਂ ਮੌਕੇ ਤੇ ਵੀ ਕਰਦਾ। ਆ ਜੀ, ਆ ਜੀ, ਇਹ ਜੀ ਪਤਲੂ ਝੋਟੀ ਆ। ਅੱਛਾ, ਪਹਿਲਾ ਸੁਆ, ਪਹਿਲਾ ਸੁਆ ਦੁੰਦੀ ਆ, ਲਓ ਜੀ ਵੇਖੋ, ਪਹਿਲਾ ਸੁਆ ਚੌਥਾ ਦਿਨ ਸੂਈ ਨੂੰ ਆ, ਚੰਬਾ ਵੇਖ, ਅੱਜ ਚੌਥਾ ਦਿਨ ਸੂਈ ਨੇ ਕੋ ਫੋਲੀ ਜਿਹੜੀ 9 ਲੀਟਰ ਜਾਂ ਬਹੁਤ ਕੁਆਲਿਟੀ ਦੀ ਝੋਟੀ ਆ, ਦੁੰਦੀ ਆ, ਮੂੰਹ ਦੁੰਦੀ, ਦੋ ਦੰਦ ਬਣਾਉਂਦੀ ਹੁਣ ਬਦਮਾ ਬਹੁਤ ਵੀ ਝੋਟੀ ਹੈ, ਪਹਿਲਾਂ ਕਿਤੇ ਹੈਗਾ ਲੋਕਾਂ ਦਾ, ਠੀਕ ਆ। ਹਾਂਜੀ, 2 ਦੰਦ ਚੰਗੀ ਮੈਂ ਦੀ ਧੀ ਆ, ਠੀਕ ਆ। ਹਾਂਜੀ, ਜਿਹੜਾ ਬੰਦਾ ਆਪਣੇ ਖੜੇ ਚੱਕਲੇ ਸੂਏ ਆਪਾਂ ਨੂੰ ਦੇਣੀ ਹੋਵੇ, ਕੱਟੀ ਮੰਗ, ਉਹ ਕਹਿੰਦਾ ਬਿੱਲਾ ਨਾ ਨੂੰ ਉਸੇ ਤਰ੍ਹਾਂ ਚੌਥਾ ਦਿਨ ਸੂਈ। ਹਾਂਜੀ, ਚੌਥਾ ਦਿਨ ਅੱਜ ਸੂਈ, ਜਿਹੜਾ ਚੰਗਾ ਮਾਲ ਮੈਂ ਚੰਗਾ ਰਹਿਣਾ ਜੀ, ਬਿਲਕੁਲ ਡਾਕੇ ਦਾ ਮਾਲ ਹੈ। ਹਾਂਜੀ, ਉਹਨੇ ਚੰਗਾ ਹੀ ਰਹਿਣਾ ਜੀ, ਬਿਲਕੁਲ ਭਾਅ ਜੀ, ਹਾਂਜੀ, ਉਹਨੇ ਡਾਕੇ ਦਾ ਮਾਲ ਹੈ, ਜਿਹੜਾ ਚੰਗੇ ਚੰਗੀ ਮੈਂ ਦਿੱਤੀ ਉਹਨੇ ਚੰਗਾ ਰਹਿਣਾ। ਹਾਰ ਨਾਲ ਹੀ ਜਾਣਗੇ, ਦੋ ਦੰਦ ਮੂੰਹ ਦੇ ਵਿੱਚ ਵੇਖੋ ਜੀ, ਦੁੰਦੀ ਜਾਣ, ਦੋ ਦੰਦ ਬਸ ਲੱਗ ਗਿਆ, ਬਸ ਹਾਂ, ਦੋ ਹੀ ਆ, ਚਲੋ ਇਹ ਜਿਹੜਾ ਲੈ ਗਿਆ ਲੱਗਦਾ ਸੂਏ ਨੂੰ, ਮੁੱਲ ਦਿੰਦਾ ਇੱਕ ਵੀ ਕਰਦੇ ਸੰਦੀਪ ਸਿੰਘ ਜੀ, ਕੋਈ ਨੀ, ਜਿੱਦਾਂ ਆਖੋ ਦੇ ਦਿੰਦੇ, ਕੋਈ ਨੀ, ਕੱਟੀ ਚੰਗੀ ਆ, ਸੋਹਣੀ ਆ, ਆਪਾਂ ਇੱਕ ਦਸ ਹੀ ਦੇ,
ਖੰਨੇ ਮੰਡੀਓ ਪਰੋਂ ਲਿਆਂਦੀ ਹੈ ਛੋਟੀ ਜੀ। ਅੱਛਾ, ਦੂਜੇ ਸੂਏ ਲਿਆਂਦੀ ਹੈ ਘਰ ਦੀ ਇੱਕ ਸੂਆ ਪੀਤਾ ਖੰਨੇ ਮੰਡੀ ਦੇ ਵਿੱਚੋਂ ਨਹੀਂ। ਅੱਛਾ, ਪਰੋਂ ਨਹੀਂ ਆ ਲੱਗਦੀ ਨੀ ਮੈਂ ਜਿੰਨੀ ਉਹਦੀ ਚਵਾਈ ਬਹੁਤੀ ਜ਼ਿਆਦਾ ਚਵਾਈ ਅਜੇ ਹਫ਼ਤਾ ਤੇ 10 ਮਹੀਨੇ ਹੋ ਚਲਿੰਦਾ ਕਰ ਸਕਦੀ ਲੰਮੀ ਪਾ ਕਰਕੇ ਸ਼ੁਰੂ ਕਰਦੇ ਆ ਜੀ ਸੱਦਾ ਪੇਟ ਨਹੀਂ ਦੇਣਾ।
ਆਪਾਂ ਨੂੰ 1000-2000 ਬਹੁਤ ਮਹਾਰਾਜ ਨੇ ਬੜਾ ਕੁਛ ਦਿੱਤਾ। ਪੰਜ ਮਹੀਆਂ ਵਿੱਚ 10-12 ਹਜ਼ਾਰ ਬਣ ਜਾਣਾ, ਹੋਰ ਕੀ ਚਾਹੀਦਾ ਆਪਾਂ ਨੂੰ? ਬਹੁਤ ਬੜਾ ਆਪਣੇ 85 ਦੀ ਮਹਿਰਪੁਰੀ ਲਾਉਂਦੀ ਤੇਰਾ ਵਾਲੀ ਪੂਰੀ ਸੱਤਰ ਦੀ ਦੇ ਦੀ ਹਾਂਜੀ ਕਿੰਨੇ ਦਿਨ ਦੱਸੋ ਝੋਟੀ ਚੰਗੀ ਆ ਮੈਂ ਚੰਗੀ ਕੋਈ ਗੱਲ ਨੀ ਆਪਾਂ ਉਹ ਨੀ ਗੱਲ ਪੈੜੀ ਗੱਲ ਕੋਈ ਗੱਲ ਨੀ ਆ ਮਹਾਰਾਜ ਕਿਰਪਾ ਕਰੇ ਬੜਾ ਕੁਛ ਦਿੱਤਾ ਆਪਾਂ ਨੂੰ ਹੋਰ ਵੀ ਨਾ ਵੱਧ ਦੂਜੀ ਚ ਵੱਧ ਲੈ ਲਾਂਗੇ ਪਰਮੇਸ਼ਰ ਹਰ ਕਿਤੇ ਕਿਰਪਾ ਕਰੇ ਵੇਚਣ ਵਾਲੇ ਲੈਣੀ ਉਹ ਵੀ ਦੋ ਬਿਲਕੁਲ ਪਰਸਾਦ ਰਹਿੰਦੀ ਜਿਹੜਾ ਲੈ ਗਿਆ ਚਲੋ ਹੈ ਦੁੱਧ 10-10 ਗਲਾਸ ਨੇ ਦੇ ਬਿਲਕੁਲ 10-10 ਗਲਾਸ ਦੇ ਜਾਣਾ ਕਰਮਾਲੀ ਨੇ ਮਹਾਰਾਜ ਕਿਰਪਾ ਕਰੇ ਹਰ ਕਿਤੇ ਉਹ ਪਰਮੇਸ਼ਰ ਕੋਈ ਗੱਲ ਨੀ ਜੀ ਹਾਂਜੀ ਬੋਲ ਸਾਹਿਬ ਹਾਂਜੀ ਮੈਂ ਕਿਹਾ ਤੂੰ ਜਵਾਨੀ ਜੇ ਪੂਰੇ ਉਹ ਸਹਿਬ ਨਾ ਚੱਲ ਬੜੀ ਮਹਾਰਾਜ ਦੀ ਕਿਰਪਾ ਕੀ ਜਵਾਨੀ ਭਾਈ ਹਾਂ ਬੱਚੋ ਬੜੀ ਕਿਰਪਾ ਹੈ ਬਹੁਤ ਕਿਰਪਾ ਹੈ ਸਰੀਰ ਫੇਟੀ ਜਿਹਦਾ ਸਰੀਰ ਫੇਟਿਆ ਨਾ ਝੰਡਾ ਦੂਜਾ ਲਾਰ ਖੜਾ ਕਰ ਦਿੰਦੇ ਚੱਲ ਇੱਧਰ ਲੈਣ ਚ ਮੱਛਰ ਦਾ ਘਰ ਹੋਣਾ ਸੌ ਜਾਣਾ ਢਿੱਡ ਕੱਢ ਕੇ ਇਤਨਾ ਹੀ ਅੱਜ ਮੱਛਰ ਦਾ ਵੱਡਾ ਖਾਣਾ ਜਦੋਂ ਉਹਨਾਂ ਨੂੰ ਪਤਾ ਲੱਗਣਾ ਸ਼ਰਾਬ ਪੀ ਕੇ ਸੌ ਜਾਣਾ ਉਹ ਵੱਡਾ ਖਾਣਾ ਮੱਛਰ ਦਾ ਹੋਣਾ ਮੱਛਰ ਦੇ ਖਾਈ ਜਾਣਾ ਰਾਜ ਰਾਜ ਕੇ ਡੇਢ ਕੇ ਜ਼ਰੂਰੀ ਹੈ ਹਰ ਇੱਕ ਥਾਂ ਬਾਕੀ ਮਹਾਰਾਜ ਹਰ ਕਿਤੇ ਕਿਰਪਾ ਰੱਖੇ ਹਰ ਇੱਕ ਨੂੰ ਮਹਾਰਾਜ ਤੰਦਰੁਸਤੀ ਬਖਸ਼ੇ ਨੀ ਦੋਨੇ 98-147-18-7-92 ਗੁਰਨਾਮ ਸਿੰਘ ਫੌਜੀ ਪਿੰਡ ਤਿੰਮੂਵਾਲ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਬਾਬਾ ਬਕਾਲਾ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।